ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਤਾਬ ਨਾਨਕ ਰਾਜ ਚਲਾਇਆ ਭਾਗ 2, ਬੇਲਿਓਂ ਨਿਕਲਦੇ ਸ਼ੇਰ। ਲੇਖਕ ਜਗਦੀਪ ਸਿੰਘ। ਅਧਿਆਇ 4। ਕਾਬਲੀ ਹਿੰਦ ਸੋ ਆਵੜਿਓ, ਦੱਖਣ ਗਈ ਸੁ ਗੱਲ। ਦਿੱਲੀ ਨੇ ਪਹਿਲੇ ਹੱਲੇ ਹੀ ਅਹਿਮਦ ਸ਼ਾਹ ਅੱਗੇ ਗੋਡੇ ਟੇਕ ਦਿੱਤੇ। ਅਸਲ ਵਿੱਚ ਮੀਰ ਮੰਨੂ ਦੇ ਮਾਰੇ ਜਾਣ ਮਗਰੋਂ ਲਾਹੌਰ ਵਿੱਚ ਖਾਨਾ ਜੰਗੀ ਫੈਲ ਗਈ। 2-3 ਸਾਲ ਵਿੱਚ ਕਈ ਹਾਕਮ ਆਏ ਤੇ ਗਏ, ਕਦੇ ਦਿੱਲੀ ਕਦੇ ਕਾਬਲ। ਇਸ ਖਾਨਾ ਜੰਗੀ ਦਾ ਸਿੱਖਾਂ ਨੂੰ ਬਹੁਤ ਫਾਇਦਾ ਹੋਇਆ। ਮੀਰ ਮੰਨੂ ਦੀ ਮੌਤ ਤੋਂ ਬਾਅਦ ਉਸਦੀ ਬੀਵੀ ਮੁਰਾਦ ਬੇਗਮ ਨੇ ਆਪਣੇ 3 ਸਾਲਾ ਪੁੱਤਰ ਅਮੀਨ ਖਾਨ ਨੂੰ ਲਾਹੌਰ ਦੀ ਗੱਦੀ 'ਤੇ ਬਿਠਾ ਲਿਆ ਅਤੇ ਅਹਿਮਦ ਸ਼ਾਹ ਅਤੇ ਦਿੱਲੀ ਦੇ ਬਾਦਸ਼ਾਹ ਆਲਮਗੀਰ ਤੋਂ ਸਹਿਮਤੀ ਲੈ ਲਈ। ਪਰ ਕੁਝ ਮਹੀਨਿਆਂ ਮਗਰੋਂ ਅਮੀਨ ਖਾਨ ਵੀ ਮਰ ਗਿਆ। ਹੁਣ ਬੇਗਮ ਨੇ ਰਾਜਭਾਗ ਆਪਣੇ ਹੱਥਾਂ ਵਿੱਚ ਲੈ ਲਿਆ, ਪਰ ਉਹ ਚੰਗੀ ਤੀਵੀਂ ਸਾਬਿਤ ਨਾ ਹੋ ਸਕੀ ਅਤੇ ਅਯਾਸ਼ੀਆਂ ਵਿੱਚ ਪੈ ਗਈ। ਰਾਜਭਾਗ ਖੁਸਰਿਆਂ ਹੱਥ ਆ ਗਿਆ। ਸ਼ਿਕਾਇਤਾਂ ਅਬਦਾਲੀ ਤੱਕ ਪੁੱਜੀਆਂ ਤਾਂ ਉਸਨੇ ਮੁਰਾਦ ਬੇਗਮ ਨੂੰ ਲਾਹੌਰ ਦਾ ਸੂਬੇਦਾਰ ਅਤੇ ਖਵਾਜਾ ਉਬੈਦੁੱਲਾ ਨੂੰ ਉਸਦਾ ਨਾਇਬ ਲਾ ਦਿੱਤਾ। ਮੁਰਾਦ ਬੇਗਮ ਅਤੇ ਉਬੈਦੁੱਲਾ ਦੀ ਆਪਸ ਵਿੱਚ ਨਾ ਬਣੀ ਅਤੇ ਉਹ ਇੱਕ ਦੂਜੇ ਦੇ ਉਲਟ ਚੱਲ ਪਏ। ਮੁਰਾਦ ਬੇਗਮ ਨੇ ਸੈਯਦ ਭਿਖਾਰੀ ਖਾਂ ਨੂੰ ਮਰਵਾ ਦਿੱਤਾ ਅਤੇ ਉਬੈਦੁੱਲਾ ਨੇ ਲਾਹੌਰ ਵਿੱਚ ਲੁੱਟ ਮਚਾ ਦਿੱਤੀ। ਬੇਗਮ ਨੇ ਦਿੱਲੀ ਦੇ ਵਜ਼ੀਰ ਗਾਜ਼ੀ ਉਦੀਨ ਤੋਂ ਮਦਦ ਮੰਗੀ। ਉਹ ਬੇਗਮ ਨੂੰ ਕੈਦ ਕਰਕੇ ਨਾਲ ਦਿੱਲੀ ਲੈ ਗਿਆ ਅਤੇ ਲਾਹੌਰ ਦਾ ਹਾਕਮ ਅਦੀਨਾ ਬੇਗ ਨੂੰ ਲਾ ਦਿੱਤਾ ਗਿਆ। ਮੁਰਾਦ ਬੇਗਮ ਦੀ ਕੁੜੀ ਉਮਦਾ ਬੇਗਮ, ਜਿਹੜੀ ਸ਼ਾਹ ਦੇ ਪੁੱਤਰ ਤੈਮੂਰ ਨਾਲ ਮੰਗੀ ਹੋਈ ਸੀ, ਨੂੰ ਵਜ਼ੀਰ ਗਾਜ਼ੀ ਉਦੀਨ ਇਮਾਦੁਲ ਮੁਲਕ ਨੇ ਜ਼ੋਰੋ ਜ਼ੋਰੀ ਆਪਣੇ ਨਾਲ ਰੱਖ ਲਿਆ। ਅਬਦਾਲੀ ਨੂੰ ਇਹ ਖਬਰਾਂ ਪਹੁੰਚੀਆਂ ਤਾਂ ਉਹ ਹਿੰਦੁਸਤਾਨ ਵੱਲ ਚੱਲ ਪਿਆ। ਅਦੀਨਾ ਬੇਗ ਤਾਂ ਉਸਦੇ ਆਉਣ ਦੀ ਖਬਰ ਸੁਣ ਕੇ ਹੀ ਭੱਜ ਨਿਕਲਿਆ। ਸ਼ਾਹ ਨੇ ਬਿਨਾਂ ਕਿਸੇ ਵਿਰੋਧ ਲਾਹੌਰ ਦਾ ਹਾਕਮ ਮਿਰਜ਼ਾ ਜਾਨ ਨੂੰ, ਜਲੰਧਰ ਦਾ ਉਬੇਦੁੱਲਾ ਨੂੰ ਅਤੇ ਪਹਾੜੀ ਇਲਾਕਾ ਘੁਮੰਡ ਚੰਦ ਕਟੋਚ ਨੂੰ ਦੇ ਦਿੱਤਾ। ਸ਼ਾਹ ਦਿੱਲੀ ਪਹੁੰਚਿਆ ਤਾਂ ਸਭ ਹੱਥ ਬੰਨੀ ਉਸਦੇ ਅੱਗੇ ਹਾਜ਼ਰ ਹੋਏ। ਵਜ਼ੀਰ ਗਾਜ਼ੀ ਉਦੀਨ ਵੀ ਮਾਫ਼ੀ ਮੰਗਦਾ ਸ਼ਾਹ ਦੇ ਪੈਰੀਂ ਪੈ ਗਿਆ। ਬਾਦਸ਼ਾਹ ਆਲਮਗੀਰ ਆਪ ਅਹਿਮਦ ਸ਼ਾਹ ਨੂੰ ਲਾਲ ਕਿਲ੍ਹੇ ਵਿੱਚ ਲੈ ਕੇ ਗਿਆ। ਕੁਝ ਦਿਨਾਂ ਵਿੱਚ ਹੀ ਅਫਗਾਨਾਂ ਨੇ ਦਿੱਲੀ ਲੁੱਟ ਕੇ ਖੰਡਰ ਕਰ ਦਿੱਤੀ। ਸਭ ਸ਼ਾਹੂਕਾਰ ਵਪਾਰੀ ਕੰਗਾਲ ਕਰ ਦਿੱਤੇ ਗਏ। ਔਰਤਾਂ ਦੇ ਗਹਿਣੇ ਅਤੇ ਭਾਂਡੇ ਵੀ ਲੁੱਟ ਲਏ ਗਏ। ਮੁਰਾਦ ਬੇਗਮ ਨੇ ਦੱਸ ਦੱਸ ਕੇ ਸਭ ਅਮੀਰ ਅਬਦਾਲੀ ਦੀ ਫੌਜ ਤੋਂ ਲੁਟਵਾਏ। ਦਿੱਲੀ ਨੂੰ ਲੁੱਟ ਕੇ ਸ਼ਾਹ ਭਰਤਪੁਰ ਦੇ ਜਾਟਾਂ ਨੂੰ ਨਿਵਾਉਣ ਲਈ ਤੁਰ ਪਿਆ। ਸੂਰਜਮੱਲ ਦੀ ਨਾਂ ਝੁਕਣ ਦੀ ਗੱਲ ਸੁਣ ਕੇ ਅਫਗਾਨਾਂ ਨੇ ਰੋਹ ਵਿੱਚ ਜਾਟਾਂ ਦਾ ਸਾਰਾ ਇਲਾਕਾ ਉਜਾੜ ਦਿੱਤਾ। ਜਹਾਨ ਖਾਂ ਜਾਟਾਂ 'ਤੇ ਕਹਿਰ ਬਣ ਕੇ ਟੁੱਟਿਆ। ਪਿੰਡਾਂ ਦੇ ਪਿੰਡ ਸਾੜ ਦਿੱਤੇ। ਭਰਤਪੁਰ ਦੇ ਜਾਟਾਂ ਨੂੰ ਕੁਚਲ ਕੇ ਜਹਾਨ ਖਾਨ ਨੇ ਸਾਰਾ ਇਲਾਕਾ ਲੁੱਟ ਲਿਆ। ਹਿੰਦੁਸਤਾਨ ਵਿੱਚ ਵੱਸਦੇ ਪਠਾਨ ਵੀ ਦੁਰਾਨੀਆਂ ਨਾਲ ਰਲ ਗਏ ਅਤੇ ਰੱਜ ਕੇ ਲੁੱਟਮਾਰ ਕੀਤੀ। ਜਾਟਾਂ ਨੂੰ ਉਜਾੜ ਕੇ ਜਹਾਨ ਖਾਨ ਨੇ ਮਥੁਰਾ ਨੂੰ ਕੂਚ ਕਰ ਦਿੱਤਾ। ਹਿੰਦੂ ਤਿਉਹਾਰ ਹੋਲੀ ਦਾ ਦਿਨ ਸੀ। ਸਾਰਾ ਸ਼ਹਿਰ ਹੋਲੀ ਦੀ ਮਸਤੀ ਵਿੱਚ ਝੂਮ ਰਿਹਾ ਸੀ। ਚਾਰੇ ਪਾਸੇ ਗੁਲਾਲ ਉੱਡ ਰਿਹਾ ਸੀ। ਖੁਸ਼ੀ ਵਿੱਚ ਖੀਵੇ ਮਥੁਰਾ ਉੱਤੇ ਦੁਰਾਨੀ ਨੇ ਇਸ ਤਰ੍ਹਾਂ ਟੁੱਟ ਕੇ ਪਏ ਅਤੇ ਕਤਲੇਆਮ ਮਚਾਈ ਕਿ ਕੁਝ ਪਲਾਂ ਮਗਰੋਂ ਹੀ ਇਹ ਪਤਾ ਕਰਨਾ ਔਖਾ ਹੋ ਗਿਆ ਕਿ ਕਿਹੜੇ ਹੋਲੀ ਦੇ ਰੰਗ ਹਨ ਅਤੇ ਕਿਹੜਾ ਮਥੁਰਾ ਵਾਸੀਆਂ ਦਾ ਲਹੂ। ਦੁਰਾਨੀਆਂ ਨੇ ਰੰਗਾਂ ਨਾਲ ਹੋਲੀ ਖੇਡਦੇ ਲੋਕਾਂ ਦੇ ਲਹੂ ਨਾਲ ਰੱਜ ਕੇ ਹੋਲੀ ਖੇਡੀ। ਲਹੂ ਨਾਲ ਰੰਗੀ ਇਸ ਬ੍ਰਜ ਭੂਮੀ ਨੂੰ ਮਾਰਨ ਮਗਰੋਂ ਜਹਾਨ ਖਾਨ ਦੇ ਹੁਕਮ 'ਤੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਵੱਡੇ ਵੱਡੇ ਮੰਦਰਾਂ ਵਿੱਚੋਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਉਖਾੜ ਕੇ ਚੂਰ ਚੂਰ ਕਰ ਦਿੱਤੀਆਂ ਅਤੇ ਗਲੀਆਂ ਬਾਜ਼ਾਰਾਂ ਵਿੱਚ ਰੁਲਣ ਲਈ ਸੁੱਟ ਦਿੱਤੀਆਂ ਗਈਆਂ। ਮੰਦਰਾਂ ਦੀ ਭਾਰੀ ਬੇਅਦਬੀ ਕੀਤੀ ਗਈ। ਸੈਂਕੜੇ ਹਿੰਦੂ ਬੈਰਾਗੀ ਸਾਧੂਆਂ ਦੇ ਸਿਰ ਕਲਮ ਕਰ ਦਿੱਤੇ ਗਏ ਅਤੇ ਮਗਰੋਂ ਗਾਵਾਂ ਕਤਲ ਕਰਕੇ ਉਹਨਾਂ ਦੇ ਸਿਰ ਇਹਨਾਂ ਹਿੰਦੂ ਸੰਨਿਆਸੀ ਦੇ ਧੜਾਂ ਉੱਪਰ ਬੰਨੇ ਗਏ। ਐਸਾ ਘੋਰ ਕਤਲੇਆਮ ਤੇ ਜ਼ਲਮਾਨਾ ਵਿਹਾਰ ਮਥੁਰਾ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਦੇਖਿਆ ਸੀ। ਮਥੁਰਾ ਵਿੱਚ ਹੀ ਗਿਲਜ਼ਿਆਂ ਨੇ ਆਪਣਾ ਡੇਰਾ ਜਮਾ ਲਿਆ। ਮਥੁਰਾ ਤੇ ਭਰਤਪੁਰ ਦੇ ਵਿਚਾਲੇ ਇੱਕ ਬੜਾ ਭਾਰੀ ਤੇ ਨਾ ਤੋੜਿਆ ਜਾ ਸਕਣ ਵਾਲਾ ਗੜ੍ਹ ਸੀ। ਮਥੁਰਾ ਤੋਂ ਭੱਜੇ ਕੁਝ ਵਪਾਰੀਆਂ ਨੇ ਉਸ ਕਿਲ੍ਹੇ ਵਿੱਚ ਜਾ ਸ਼ਰਨ ਲਈ। ਕੁਝ ਮਰਹੱਟੇ ਵੀ ਝੁਨਕੂ ਮਰਾਠੇ ਦੀ ਅਗਵਾਈ ਵਿੱਚ ਉਸ ਕਿਲ੍ਹੇ ਵਿੱਚ ਜਾ ਕੇ ਲੁੱਕ ਬੈਠੇ। ਇਸ ਕਿਲ੍ਹੇ ਬਾਰੇ ਮਸ਼ਹੂਰ ਸੀ ਕਿ ਜਾਟਾਂ ਦਾ ਇਹ ਕਿਲ੍ਹਾ ਕਿਸੇ ਤੋਂ ਨਹੀਂ ਟੁੱਟ ਸਕਦਾ ਸੀ। ਨਿੱਕੀ ਇੱਟ ਦਾ ਪੱਕਾ ਮਜ਼ਬੂਤ ਕਿਲ੍ਹਾ ਸੀ, ਜਿਸ ਦੀਆਂ ਕੰਧਾਂ 'ਤੇ ਵੱਡੀਆਂ ਛੋਟੀਆਂ ਤੋਪਾਂ ਅਤੇ ਲੰਬੀ ਨਾਲੀ ਦੀਆਂ ਬੰਦੂਕਾਂ, ਜਿਨ੍ਹਾਂ ਨੂੰ ਜੰਜਾਇਲਾਂ ਵੀ ਕਿਹਾ ਜਾਂਦਾ ਹੈ, ਬੀੜੀਆਂ ਹੋਈਆਂ ਸਨ। ਕਿਲ੍ਹੇ ਦੀਆਂ ਕੰਧਾਂ ਦੁਆਲੇ ਬਹੁਤ ਡੂੰਘੀ ਪਾਣੀ ਦੀ ਖਾਈ ਸੀ,
ਜਿਸ ਨੂੰ ਪਾਰ ਵੀ ਨਹੀਂ ਕੀਤਾ ਜਾ ਸਕਦਾ ਸੀ ਤੇ ਡੂੰਘੀ ਹੋਣ ਕਰਕੇ ਉਸ ਹੇਠੋਂ ਸੁਰੰਗ ਵੀ ਨਹੀਂ ਬਣਾਈ ਜਾ ਸਕਦੀ ਸੀ। ਨਾ ਹੀ ਕਿਲੇ ਦੀਆਂ ਬਹੁਤ ਮਜ਼ਬੂਤ ਕੰਧਾਂ ਤੇ ਤੋਪਾਂ ਦੇ ਗੋਲਿਆਂ ਦਾ ਕੋਈ ਅਸਰ ਸੀ, ਨਾਲ ਹੀ 12 ਵਰਿਆਂ ਦਾ ਅੰਨ ਪਾਣੀ ਵੀ ਕਿਲੇ ਦੇ ਅੰਦਰ ਜਮ੍ਹਾਂ ਕੀਤਾ ਹੋਇਆ ਸੀ। ਸੋ ਜੇ 12 ਸਾਲ ਘੇਰਾ ਵੀ ਪਿਆ ਰਹੇ ਤਾਂ ਵੀ ਕਿਲੇ ਵਿੱਚ ਬੈਠੇ ਸਿਪਾਹੀਆਂ ਤੇ ਸ਼ਰਨਾਰਥੀਆਂ ਦਾ ਬਾਹਰੋਂ ਰਾਸ਼ਨ ਪਾਣੀ ਬੰਦ ਕੀਤੇ ਜਾਣ ਤੇ ਵੀ ਸਰ ਸਕਦਾ ਸੀ। ਇਸ ਕਿਲੇ ਨੂੰ ਕੋਇਲਗੜ੍ਹ ਆਖਦੇ ਸਨ। ਹਿੰਦੂਆਂ ਵਿੱਚ ਇਹ ਰਾਮਗੜ੍ਹ ਤੇ ਮੁਸਲਮਾਨਾਂ ਵਿੱਚ ਅਲੀਗੜ੍ਹ ਕਰਕੇ ਵੀ ਮਸ਼ਹੂਰ ਸੀ। ਹੁਣ ਜੇ ਕਿਲਾ ਇੰਨਾ ਮਜ਼ਬੂਤ ਸੀ ਤਾਂ ਇਹ ਸੁਭਾਵਿਕ ਹੀ ਸੀ ਕਿ ਅੰਦਰ ਬੈਠੇ ਹਾਕਮਾਂ ਤੇ ਫੌਜਦਾਰਾਂ ਨੂੰ ਇਸ ਦਾ ਹੰਕਾਰ ਹੋ ਜਾਂਦਾ। ਜਦ ਉਹਨਾਂ ਨੂੰ ਕਿਲਾ ਸਰ ਹੋਣ ਦਾ ਭੈ ਹੀ ਨਹੀਂ ਸੀ, ਸੋ ਉਹਨਾਂ ਨੂੰ ਤਾਂ ਬਹੁਤ ਹੰਕਾਰ ਹੋ ਗਿਆ ਸੀ। ਕਿਲੇ ਕੋਲ ਜਦ ਵੀ ਕਿਸੇ ਹੋਰ ਰਿਆਸਤ ਜਾਂ ਸਲਤਨਤ ਦੀ ਫੌਜ ਲੰਘਦੀ ਤਾਂ ਕਿਲੇ ਤੇ ਖਲੋਤੇ ਫੌਜਦਾਰ ਤੇ ਸਿਪਾਹੀ ਉਹਨਾਂ ਦਾ ਮਖੌਲ ਉਡਾਉਂਦੇ। ਚੂੜੀਆਂ ਕੀ ਭਾ ਲਾਈਆਂ ਨੇ ਵੰਜਾਰਿਓ, ਹੋਕਾਂ ਤਾਂ ਉੱਚੀ ਉੱਚੀ ਦਿਓ। ਜਿਹੜੇ ਵੰਜਾਰੇ ਦਾ ਆਵਾਜ਼ ਹੀ ਲੋਕਾਂ ਤੱਕ ਨਾ ਪਹੁੰਚੀ ਉਸਦੀਆਂ ਚੂੜੀਆਂ ਸਵਾਹ ਵਿਕਣਗੀਆਂ। ਇਸ ਤਰ੍ਹਾਂ ਦੇ ਮਖੌਲ ਕੋਲੋਂ ਲੰਘਣ ਵਾਲੇ ਦੂਜੇ ਬਾਦਸ਼ਾਹਾਂ ਤੇ ਫੌਜਦਾਰਾਂ ਦੇ ਬਣਾਏ ਜਾਂਦੇ ਸਨ, ਪਰ ਕਿਲਾ ਨਾ ਮਾਰ ਸਕਣ ਦੀ ਵਿਚਾਰਗੀ ਵਿੱਚ ਹਰ ਕੋਈ ਉਹਨਾਂ ਦੇ ਇਹ ਬੋਲ ਸਹਾਰਦਾ ਹੋਇਆ ਦੰਦ ਪੀ ਕੇ ਰਹਿ ਜਾਂਦਾ ਤੇ ਚੁੱਪ ਚਾਪ ਉੱਥੋਂ ਅੱਗੇ ਲੰਘ ਜਾਂਦਾ ਸੀ। ਅਬਦਾਲੀ ਜਦ ਆਗਰੇ ਨੂੰ ਜਾਂਦਾ ਹੋਇਆ ਉਸ ਕਿਲੇ ਕੋਲੋਂ ਲੰਘ ਰਿਹਾ ਸੀ ਤਾਂ ਕਿਲੇ ਅੰਦਰੋਂ ਕਿਸੇ ਨੇ ਨਗਾਰਾ ਵਜਾ ਦਿੱਤਾ। ਸ਼ਾਹ ਨੇ ਫੌਜ ਰੋਕ ਲਈ। ਨਜ਼ੀਬ ਖਾਂ ਚਾਹੁੰਦਾ ਸੀ ਕਿ ਸ਼ਾਹ ਇੱਥੋਂ ਨਿਕਲ ਚੱਲੇ ਕਿਉਂਕਿ ਉਹ ਇਸ ਕਿਲੇ ਦੀ ਮਜ਼ਬੂਤੀ ਤੋਂ ਵਾਕਫ ਨਹੀਂ ਸੀ। ਉਸਨੂੰ ਪਤਾ ਸੀ ਕਿ ਜੇ ਸ਼ਾਹ ਇੱਥੇ ਬੈਠ ਗਿਆ ਤਾਂ ਸਮੇਂ ਤੇ ਸਾਧਨਾਂ ਦਾ ਬਹੁਤ ਨੁਕਸਾਨ ਹੋਵੇਗਾ। ਇਹ ਕਿਲਾ ਤਾਂ ਛੇਤੀ ਟੁੱਟਣੋਂ ਰਿਹਾ। ਇਹ ਨਗਾਰਾ ਕਿਸਨੇ ਵਜਾਇਆ ਹੈ? ਅਹਿਮਦ ਸ਼ਾਹ ਨੇ ਨਜ਼ੀਬ ਖਾਂ ਨੂੰ ਪੁੱਛਿਆ। ਇਹ ਤਾਂ ਜੀ ਇੱਥੇ ਕੁਝ ਫਕੀਰਾਂ ਦਾ ਡੇਰਾ ਹੈ, ਉਹਨਾਂ ਨੇ ਵਜਾਇਆ ਹੋਏਗਾ ਹਜ਼ੂਰ। ਨਜ਼ੀਬ ਖਾਂ ਗੱਲ ਟਾਲ ਦੇਣੀ ਚਾਹੁੰਦਾ ਸੀ। ਤੈਨੂੰ ਪਤਾ ਕਿਸੇ ਫੌਜ ਲੰਘਦੀ ਤੋਂ ਨਗਾਰਾ ਵਜਾਉਣਾ ਬਗਾਵਤ ਦੀ ਨਿਸ਼ਾਨੀ ਹੈ। ਇਹ ਨਗਾਰਾ ਵੀ ਸਾਥੋਂ ਆਕੀ ਹੋਣ ਦਾ ਹੋਕਾ ਦੇ ਰਿਹਾ ਹੈ, ਅਬਦਾਲੀ ਫਿਰ ਬੋਲਿਆ ਤੇ ਕਿਸੇ ਤਰ੍ਹਾਂ ਓੜ ਪੋੜ ਕਰਕੇ ਨਜ਼ੀਬ ਖਾਂ ਨੇ ਅਬਦਾਲੀ ਨੂੰ ਸਮਝਾ ਲਿਆ ਤੇ ਅੱਗੇ ਤੁਰਨ ਲਈ ਰਾਜ਼ੀ ਕਰ ਲਿਆ। ਪਰ ਹੰਕਾਰ ਵਿੱਚ ਆਏ ਹੋਏ ਜਾਟ ਕਦ ਟਲਦੇ ਸਨ, ਉਹਨਾਂ ਨਗਾਰਾ ਫਿਰ ਵਜਾ ਦਿੱਤਾ। ਹੁਣ ਤਾਂ ਅਬਦਾਲੀ ਗੁੱਸੇ ਨਾਲ ਲਾਲ ਹੋ ਗਿਆ ਤੇ ਉਸਨੇ ਫੌਜ ਕਿਲੇ ਵੱਲ ਮੋੜ ਲਈ। ਫਕੀਰ ਹੋਣ ਭਾਵੇਂ ਸੰਨਿਆਸੀ, ਹੁਣ ਇਹਨਾਂ ਨੂੰ ਸਬਕ ਸਿਖਾਏ ਬਿਨਾਂ ਮੈਂ ਇੱਕ ਕਦਮ ਵੀ ਅੱਗੇ ਨਹੀਂ ਪੁੱਟਾਂਗਾ। ਇਹ ਤਾਂ ਤੁਹਾਡੇ ਲੰਘਣ ਦੀ ਖੁਸ਼ੀ ਵਿੱਚ ਨਗਾਰੇ ਵਜਾ ਰਹੇ ਨੇ ਬਾਦਸ਼ਾਹ ਸਲਾਮਤ। ਨਜ਼ੀਬ ਖਾਂ ਨੇ ਫਿਰ ਬਥੇਰਾ ਜ਼ੋਰ ਲਾਇਆ, ਪਰ ਅਬਦਾਲੀ ਹੁਣ ਹਮਲੇ ਲਈ ਬਜ਼ਿੱਦ ਸੀ। ਇਹਨਾਂ ਨੂੰ ਮਾਰੇ ਬਿਨਾਂ ਅੱਗੇ ਜਾਣਾ ਹੁਣ ਮੇਰੇ ਸੁਭਾਅ ਦੇ ਉਲਟ ਗੱਲ ਹੈ ਨਜ਼ੀਬ ਖਾਂ, ਅਬਦਾਲੀ ਨੇ ਗੱਲ ਸਾਫ਼ ਕਰ ਦਿੱਤੀ। ਇੰਨੇ ਨੂੰ ਕਿਲੇ ਦੀ ਕੰਧ ਤੋਂ ਜਾਟਾਂ ਨੇ ਫਿਰ ਨਗਾਰਾ ਵਜਾ ਦਿੱਤਾ ਤੇ ਅਬਦਾਲੀ ਨੂੰ ਸੁਣਾ ਕੇ ਕਹਿਣ ਲੱਗੇ, ਇਹ ਵੰਜਾਰੇ ਕਿੱਥੋਂ ਦੇ ਨੇ ਭਾਈ? ਇਹਨਾਂ ਦੇ ਘੱਗਰਿਆਂ ਤੋਂ ਤਾਂ ਜਾਪਦਾ ਇਹ ਤਾਂ ਕਿਸੇ ਦੂਰ ਦੇਸ਼ ਤੋਂ ਆਏ ਨੇ। ਇੱਧਰ ਸਿਰਫ ਚੂੜੀਆਂ ਵੇਚਣ ਆਏ ਹੋ ਜਾਂ ਹੋਰ ਸਮਾਨ ਵੀ ਹੈ ਤੁਹਾਡੇ ਕੋਲ? ਕਾਬਲ 'ਚ ਚੂੜੀਆਂ ਦਾ ਕੀ ਭਾਅ ਚੱਲਦਾ ਭਾਈ ਵੰਜਾਰਿਓ? ਜ਼ਰਾ ਆਪਣੀ ਜ਼ੁਬਾਨ ਵਿੱਚ ਹੋਕਾ ਤਾਂ ਦੇ ਕੇ ਵਿਖਾਓ, ਅਸੀਂ ਵੀ ਦੇਖੀਏ ਕਿ ਕਾਬਲ ਦੇ ਵੰਜਾਰੇ ਹਾਕ ਕਿਵੇਂ ਮਾਰਦੇ ਨੇ। ਐਸੇ ਬੋਲਾਂ ਨੇ ਅਬਦਾਲੀ ਦਾ ਸੀਨਾ ਚੀਰ ਦਿੱਤਾ। ਉਹ ਕ੍ਰੋਧ ਨਾਲ ਨਜ਼ੀਬ ਖਾਂ ਵੱਲ ਦੇਖਦਾ ਹੋਇਆ ਬੋਲਿਆ, ਇਹ ਫਕੀਰ ਨੇ? ਜਾਨ ਬਖਸ਼ੀ ਹੋਵੇ ਹਜ਼ੂਰ, ਪਰ ਇਹ ਬਹੁਤ ਹੰਕਾਰੇ ਹੋਏ ਜਾਟ ਨੇ। ਹੰਕਾਰਿਆਂ ਦਾ ਹੰਕਾਰ ਭੰਨਣੀ ਤਾਂ ਅਸੀਂ ਇੱਥੇ ਆਏ ਹਾਂ, ਇਹ ਤਾਂ ਫਿਰ ਸਾਡੇ ਪਸੰਦੀਦਾ ਵੈਰੀ ਹੋਏ। ਹੋਰ ਦੱਸ ਇਹਨਾਂ ਬਾਰੇ। ਇਹ ਕਿਲਾ ਬਹੁਤ ਸਖਤ ਹੈ ਹਜ਼ੂਰ, ਅਜੇ ਤੀਕ ਕਿਸੇ ਤੋਂ ਮਾਰਿਆ ਨਹੀਂ ਗਿਆ। ਇਸੇ ਗੱਲ ਦਾ ਹੰਕਾਰ ਜਾਟਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇੱਕ ਤਾਂ ਕਿਲਾ ਬਹੁਤ ਭਾਰੀ ਹੈ ਤੇ ਉੱਤੋਂ ਅੰਦਰ ਫੌਜ ਵੀ ਬਹੁਤ ਭਰੀ ਹੋਈ ਹੈ। ਚੁਫੇਰੇ ਖਾਈ ਹੋਣ ਕਰਕੇ ਸੁਰੰਗ ਪੁੱਟ ਕੇ ਵੀ ਅੰਦਰ ਨਹੀਂ ਜਾਇਆ ਜਾ ਸਕਦਾ। 12 ਸਾਲ ਦੇ ਕਰੀਬ ਦਾ ਰਾਸ਼ਨ ਅੰਦਰ ਜਮ੍ਹਾਂ ਕੀਤਾ ਹੋਇਆ ਹੈ। ਨਜ਼ੀਬ ਖਾਂ ਨੇ ਸਾਰੀ ਗੱਲ ਅਬਦਾਲੀ ਨੂੰ ਖੋਲ ਸੁਣਾਈ। ਹਿੰਦੁਸਤਾਨ ਅਸੀਂ ਕਿਲੇ ਭੰਨਣ ਹੀ ਆਏ ਹਾਂ ਨਜ਼ੀਬ ਖਾਂ, ਅਸੀਂ ਕੋਈ ਵਪਾਰ ਕਰਨ ਜਾਂ ਚੂੜੀਆਂ ਵਿੱਚ ਨਹੀਂ ਆਏ। ਪਰ ਇਸ ਕਿਲੇ ਅੰਦਰ ਬੈਠੇ ਇਕੱਲੇ ਇਕੱਲੇ ਸਿਪਾਹੀ ਦੇ ਮੈਂ ਚੂੜੀਆਂ ਨਾ ਪਵਾਈਆਂ ਤਾਂ ਮੈਨੂੰ ਅਹਿਮਦ ਸ਼ਾਹ ਕਿਸਨੇ ਆਖਣਾ ਹੈ? ਜੇ ਮੇਰੇ ਤੋਂ ਕਿਲੇ ਹੀ ਫਤਿਹ ਨਾ ਹੋਏ ਤਾਂ ਮੈਂ ਕਾਹਦਾ ਪਾਤਸ਼ਾਹ ਤੇ ਕਾਹਦੀ ਮੇਰੀ ਬਾਦਸ਼ਾਹੀ? ਅਬਦਾਲੀ ਨੇ ਆਪਣੀ ਸਖ਼ਤ ਕਿਲੇ ਫਤਿਹ ਕਰਨ ਵਾਲੀ ਪੋਥੀ ਮੰਗਵਾ ਲਈ। ਇਸ ਕਿਲੇ ਦੇ ਹਾਣ ਦਾ ਕਿਲਾ ਉਸ ਵਿੱਚੋਂ ਲੱਭਿਆ, ਸਭ ਅੰਦਾਜ਼ੇ ਤੇ ਜੋੜ ਘਟਾਓ ਕੀਤੇ ਤੇ ਕੁਝ ਸਮੇਂ ਮਗਰੋਂ ਪੋਥੀ ਬੰਦ ਕਰ ਦਿੱਤੀ। ਮੁੱਛਾਂ ਤੇ ਹੱਥ ਫੇਰਿਆ ਤੇ ਉੱਚੀ ਉੱਚੀ ਹੱਸਣ ਲੱਗਾ। ਲੜਾਈ ਦਾ ਨਗਾਰਾ ਵਜਾ ਦਿਓ ਤੇ ਜਵਾਬ ਦਿਓ ਜਾਟਾਂ ਦੇ ਨਗਾਰੇ ਦਾ, ਫੌਜ ਦਾ ਪੜਾਅ ਇੱਥੇ ਹੀ ਕਰ ਲਓ, ਹੁਣ ਇਹ ਕਿਲਾ ਮਾਰ ਕੇ ਹੀ ਆਗਰੇ ਵੱਲ ਵਧਾਂਗੇ। ਪਰ ਇਹ ਕਿਲਾ ਤਾਂ 12 ਸਾਲ ਟੁੱਟਣ ਵਾਲਾ ਨਹੀਂ ਦੁਰੇ ਦੁਰਾਨੀ, 8 ਦਿਨ
ਸੁਣਦਾ ਨਜ਼ੀਬ ਖਾਂ, 8 ਦਿਨ ਵਿੱਚ ਜੇ ਕਿਲਾ ਸਰ ਨਾ ਹੋਇਆ ਤਾਂ ਤੇਰੇ ਨਾਲ ਕੌਲ ਰਿਹਾ, ਮੈਂ ਇੱਥੋਂ ਘੇਰਾ ਚੁੱਕ ਲਵਾਂਗਾ। ਅਬਦਾਲੀ ਹੱਸਦਾ ਹੋਇਆ ਬੋਲਿਆ, ਪਰ ਕਿਵੇਂ ਬਾਦਸ਼ਾਹ ਸਲਾਮਤ, ਨਾ ਟੁੱਟਣ ਵਾਲੇ ਕਿਲੇ ਨੂੰ ਕਿਵੇਂ ਤੋੜਿਆ ਜਾ ਸਕਦਾ ਹੈ? ਨਜ਼ੀਬ ਖਾਂ ਹਜੇ ਵੀ ਡਰ ਰਿਹਾ ਸੀ। ਮਜ਼ਬੂਤ ਕਿਲੇ ਮਜ਼ਬੂਤ ਇਰਾਦਿਆਂ ਅੱਗੇ ਨਹੀਂ ਟਿਕਦੇ ਨਜ਼ੀਬ ਖਾਂ। ਬੁਜ਼ਦਿਲ ਹਿੰਦੁਸਤਾਨੀ ਰਾਜੇ 12 ਸਾਲ ਕੀ 12 ਸਦੀਆਂ ਲੱਗੇ ਰਹਿਣ, ਇਹ ਕਿਲਾ ਨਹੀਂ ਤੋੜ ਸਕਦੇ। ਫਿਰ ਅਸੀਂ ਕਿਵੇਂ? ਬਸ ਇਹ ਨਹੀਂ ਪੁੱਛਣਾ ਤੂੰ ਮੇਰੇ ਤੋਂ, ਜਿਵੇਂ ਜਿਵੇਂ ਮੈਂ ਕਹਾਂ ਉਵੇਂ ਉਵੇਂ ਕਰ। ਅਬਦਾਲੀ ਆਪਣੀ ਨੀਤੀ ਵੀ ਕਿਸੇ ਨਾਲ ਸਾਂਝੀ ਨਹੀਂ ਕਰਨਾ ਚਾਹੁੰਦਾ ਸੀ। ਸਾਰੀ ਫੌਜ ਵੰਡ ਕੇ ਕਿਲੇ ਦੇ ਚਾਰੇ ਪਾਸੇ ਲਾ ਦਿਓ, ਸ਼ਾਹ ਨੇ ਫੌਜਦਾਰਾਂ ਨੂੰ ਹੁਕਮ ਦਿੱਤਾ। ਆਪ ਅਬਦਾਲੀ ਆਪਣੇ 4-5 ਚੁਨਿੰਦਾ ਘੋੜ ਸਵਾਰ ਲੈ ਕੇ ਕਿਲੇ ਦਾ ਗੇੜਾ ਲਾਉਣ ਲਈ ਨਿਕਲ ਪਿਆ। ਬਾਦਸ਼ਾਹੀ ਬਾਣਾ ਉਸਨੇ ਲਾਹ ਦਿੱਤਾ ਤੇ ਇੱਕ ਆਮ ਸਿਪਾਹੀ ਦੀ ਪੁਸ਼ਾਕ ਪਾ ਲਈ। ਕਿਲੇ ਦੇ ਦੁਆਲੇ ਘੁੰਮਦਾ ਅਬਦਾਲੀ ਸਭ ਤਰ੍ਹਾਂ ਦੇ ਅੰਦਾਜ਼ੇ ਲਾ ਰਿਹਾ ਸੀ। ਉਸਨੇ ਉੱਚੇ ਨੀਵੇਂ ਪਾਸਿਆਂ ਦੀ ਪਛਾਣ ਕਰ ਲਈ। ਫੌਜਦਾਰਾਂ ਨੂੰ ਉਸਨੇ ਕਿਹਾ ਹੋਇਆ ਸੀ ਕਿ ਦਿਨ ਵੇਲੇ ਫੌਜ ਕਿਲੇ ਤੋਂ ਪਛਾਣ ਰੱਖਣੀ ਹੈ ਤੇ ਰਾਤ ਪੈਂਦੇ ਹੀ ਮੋਰਚੇ ਅਗਾਂਹ ਮੱਲ ਲੈਣੇ ਹਨ, ਫਿਰ ਅਗਲੇ ਦਿਨ ਫੌਜ ਪਿੱਛੇ ਲੈ ਆਉਣੀ ਹੈ। ਕਿਸੇ ਤਰ੍ਹਾਂ ਦਾ ਕੋਈ ਹਮਲਾ ਨਹੀਂ ਕਰਨਾ, ਬਸ ਉਹਨਾਂ ਨੂੰ ਦੁਬਿਧਾ ਵਿੱਚ ਰੱਖਣਾ ਹੈ। ਇਸ ਤਰ੍ਹਾਂ ਅਬਦਾਲੀ ਥੋੜ੍ਹੇ ਥੋੜ੍ਹੇ ਚਿਰ ਮਗਰੋਂ ਫੌਜਦਾਰਾਂ ਨੂੰ ਤਾਕੀਦ ਕਰਦਾ ਰਹਿੰਦਾ ਸੀ। ਇਸ ਕਿਲੇ ਦਾ ਕਿਲੇਦਾਰ ਰਾਏ ਮੱਲ ਸੀ, ਭਰਤਪੁਰੀਏ ਜਵਾਹਰ ਮੱਲ ਦਾ ਮਾਮਾ ਤੇ ਸੂਰਜ ਮੱਲ ਦਾ ਸਾਲਾ ਰਾਏ ਮੱਲ। ਬੇਫਿਕਰੀ ਦੇ ਆਲਮ ਵਿੱਚ ਉਹ ਕਿਲੇ ਦੇ ਅੰਦਰ ਸੁੱਤਾ ਪਿਆ ਸੀ। ਕਿਲੇ ਦੀ ਮਜ਼ਬੂਤੀ ਦੇ ਮਾਣ ਨੇ ਉਸ ਨੂੰ ਆਲਸੀ ਕਰ ਦਿੱਤਾ ਸੀ। ਇੱਧਰ ਅਬਦਾਲੀ ਬਾਹਰ ਤਿਆਰੀਆਂ ਵਿੱਚ ਰੁੱਝਿਆ ਹੋਇਆ ਸੀ। ਜਦ ਪਹਿਲੀ ਵਾਰ ਅਫਗਾਨ ਫੌਜ ਨੇ ਕਿਲੇ ਦੇ ਨਜ਼ਦੀਕ ਗਈ ਤਾਂ ਜਾਟਾਂ ਨੇ ਗੋਲੀਆਂ ਦਾਗੀਆਂ, ਪਰ ਅੱਗਿਓਂ ਕੋਈ ਜਵਾਬੀ ਹਮਲਾ ਨਾ ਹੋਣ ਕਰਕੇ ਉਹ ਵੀ ਸ਼ਾਂਤ ਹੋ ਗਏ। ਰੋਜ਼ ਰਾਤ ਨੂੰ ਅਫਗਾਨ ਫੌਜ ਕਿਲੇ ਵੱਲ ਜਾਂਦੀ ਤੇ ਸਵੇਰ ਹੁੰਦਿਆਂ ਹੀ ਪਿੱਛੇ ਪਰਤ ਆਉਂਦੀ। ਇਸ ਤਰ੍ਹਾਂ ਕਰਦੇ ਕਰਾਉਂਦੇ 7ਵਾਂ ਦਿਨ ਆ ਗਿਆ, ਪਰ ਗੱਲ ਜਿੱਥੇ ਪਹਿਲੇ ਦਿਨ ਖੜੀ ਸੀ 7ਵੇਂ ਦਿਨ ਵੀ ਉੱਥੇ ਹੀ ਖਲੋਤੀ ਸੀ। ਪਰ ਸਾਨੂੰ ਕੁਝ ਦੱਸੋ ਤਾਂ ਹਜ਼ੂਰ, ਤੁਹਾਡੀ ਕੀ ਤਰਕੀਬ ਹੈ? ਐਤਕੀ ਜਹਾਨ ਖਾਨ ਨੇ ਪੁੱਛਿਆ। ਦੇਖ ਜਹਾਨ ਖਾਂ, ਮੈਂ ਗੱਲ ਮੂੰਹੋਂ ਮਗਰੋਂ ਕੱਢਾਂਗਾ ਤੇ ਕਿਲੇ ਵਿੱਚ ਪਹਿਲਾਂ ਪਹੁੰਚ ਜਾਵੇਗੀ, ਸੋ ਇਸ ਭੇਦ ਨੂੰ ਮੇਰੇ ਅੰਦਰ ਹੀ ਸੁਰੱਖਿਅਤ ਰਹਿਣ ਦੇ। ਜਿੱਥੇ 7 ਦਿਨ ਕੱਢੇ ਨੇ, ਇੱਕ ਹੋਰ ਕੱਢ ਲਓ, ਮੌਕਾ ਆਉਣ 'ਤੇ ਮੈਂ ਆਪ ਨੂੰ ਆਪ ਹੀ ਦੱਸ ਦਿਆਂਗਾ। 7ਵੇਂ ਦਿਨ ਦਾ ਸੂਰਜ ਢਲਣ ਨੂੰ ਹੀ ਆਇਆ ਸੀ ਕਿ ਅਬਦਾਲੀ ਨੇ ਆਪਣੇ ਸਭ ਮੁਖੀ ਸਰਦਾਰਾਂ ਤੇ ਫੌਜਦਾਰਾਂ ਨੂੰ ਆਪਣੇ ਤੰਬੂ ਵਿੱਚ ਸੱਦਿਆ। ਅੱਜ ਰਾਤ ਉਸ ਨੀਵੇਂ ਪਾਸਿਓਂ ਫੌਜ ਨਾਲ ਕਿਲੇ 'ਤੇ ਹੱਲਾ ਬੋਲ ਦਿਓ। ਕਿਲੇ ਦੇ ਮੂਹਰਲੇ ਇੱਕ ਪਾਸੇ ਵੱਲ ਇਸ਼ਾਰਾ ਕਰਕੇ ਅਬਦਾਲੀ ਉਹਨਾਂ ਫੌਜਦਾਰਾਂ ਨੂੰ ਬੋਲਿਆ ਜੋ ਫੌਜ ਨੂੰ ਨਿੱਤ ਰਾਤ ਨੂੰ ਅੱਗੇ ਲਿਜਾਂਦੇ ਸਨ ਤੇ ਦਿਨ ਚੜ੍ਹਦੇ ਮਗਰ ਮੋੜ ਲਿਆਉਂਦੇ ਸਨ। ਹਮਲਾ ਕਰਨ ਵਾਲੀਆਂ ਟੁਕੜੀਆਂ ਦੇ ਫੌਜਦਾਰਾਂ ਨੂੰ ਉਸਨੇ ਇੰਨੀ ਗੱਲ ਕਹਿ ਕੇ ਤਿਆਰੀ ਲਈ ਤੋਰ ਦਿੱਤਾ ਤੇ ਬਾਕੀ ਸਰਦਾਰ ਤੇ ਫੌਜ ਕੋਲ ਬਿਠਾਈ ਰੱਖੇ। ਹੁਣ ਅੱਗੇ ਸੁਣੋ, ਜਦ ਹੀ ਸਾਡੀਆਂ ਟੁਕੜੀਆਂ ਕਿਲੇ 'ਤੇ ਹਮਲਾ ਕਰਨ ਤਾਂ ਕਿਲੇ ਦੇ ਮਗਰਲੇ ਉੱਚੇ ਪਾਸੇ ਅਸੀਂ ਇੱਕ ਮਜ਼ਬੂਤ ਕੰਧ ਉਸਾਰਨੀ ਹੈ, ਇੰਨੀ ਕੁ ਮਜ਼ਬੂਤ ਤੇ ਚੌੜੀ ਕਿ ਜਿਸ ਉੱਤੇ ਵੱਡੀਆਂ ਤੋਪਾਂ ਬੀਣੀਆਂ ਜਾ ਸਕਣ। ਇਸ ਕਿਲੇ ਦੀਆਂ ਕੰਧਾਂ ਚਾਰੇ ਪਾਸਿਓਂ 30 ਹੱਥ ਉੱਚੀਆਂ ਹਨ ਤੇ ਸਾਡੀ ਉਸਾਰੀ ਜਾਣ ਵਾਲੀ ਕੰਧ ਦੀ ਉਚਾਈ 40 ਹੱਥ ਹੋਏਗੀ। ਛੇਤੀ ਨਾਲ ਜਾਓ ਤੇ ਤਿਆਰੀ ਸ਼ੁਰੂ ਕਰੋ। ਅਬਦਾਲੀ ਨੇ ਆਪਣੀ ਤਰਕੀਬ ਸਭ ਸਰਦਾਰਾਂ ਨੂੰ ਦੱਸੀ ਤੇ ਨਾਲ ਹੀ ਉਸਨੇ ਸ਼ਾਹ ਵਲੀ ਨੂੰ ਇਸ਼ਾਰਾ ਕੀਤਾ। ਮੌਕਾ ਆ ਗਿਆ ਹੈ ਸ਼ਾਹ ਵਲੀ। ਸ਼ਾਹ ਵਲੀ ਤੋਂ ਉਸਨੇ ਇੱਟਾਂ ਪੱਥਰ ਦੇ ਭਰੇ ਹੋਏ ਗੱਡੇ ਪਹਿਲਾਂ ਹੀ ਮੰਗਵਾ ਰੱਖੇ ਸਨ, ਸੋ ਕਿਲੇ 'ਤੇ ਖਲੋਤੇ ਸਿਪਾਹੀਆਂ ਦੀ ਨਜ਼ਰ ਤੋਂ ਓਹਲੇ ਸਨ। ਸ਼ਾਹ ਵਲੀ ਉਹਨਾਂ ਨੂੰ ਲੈਣ ਚਲਾ ਗਿਆ। ਸਾਰੀ ਵਿਉਂਤ ਆਪਣੇ ਸਰਦਾਰਾਂ ਨੂੰ ਸਮਝਾ ਕੇ ਅਬਦਾਲੀ ਪਹਿਲਾਂ ਤਾਂ ਹਮਲਾ ਕਰਨ ਵਾਲੀਆਂ ਟੁਕੜੀਆਂ ਕੋਲ ਗਿਆ ਤੇ ਉਹਨਾਂ ਦਾ ਹੌਂਸਲਾ ਵਧਾਇਆ ਤੇ ਮਗਰੋਂ ਉਹ ਕੰਧ ਵਾਲੀ ਥਾਂ 'ਤੇ ਆ ਗਿਆ। ਉੱਧਰ ਤੋਪਾਂ ਦਾ ਪਹਿਲਾ ਗੋਲਾ ਚੱਲਿਆ ਤੇ ਇੱਧਰ ਕੰਧ ਦੀਆਂ ਪਹਿਲੀਆਂ ਇੱਟਾਂ ਧਰੀਆਂ ਗਈਆਂ। ਦੁਪਹਿਰ ਤੋਂ ਵੀ ਘੱਟ ਸਮਾਂ ਹੈ ਸਾਡੇ ਕੋਲ, ਵੱਧ ਤੋਂ ਵੱਧ ਆਦਮੀ ਲਾ ਕੇ ਛੇਤੀ ਤੋਂ ਛੇਤੀ ਕੰਮ ਨਿਬੇੜੋ। ਸਵੇਰ ਹੋਣ ਤੋਂ ਪਹਿਲਾਂ ਅਸੀਂ ਤੋਪਾਂ ਕਿਲੇ ਵੱਲ ਦਾਗ ਦੇਣੀਆਂ ਹਨ। ਇਸੇ ਤਰ੍ਹਾਂ ਹੀ ਕੀਤਾ ਗਿਆ। ਹਮਲਾ ਕਰਨ ਵਾਲੀਆਂ ਟੁਕੜੀਆਂ ਨੇ ਜਾਟਾਂ ਨੂੰ ਇੱਕ ਪਾਸੇ ਉਲਝਾ ਲਿਆ ਤੇ ਉਹਨਾਂ ਦੇ ਪਿਛਲੇ ਪਾਸੇ ਅਫਗਾਨਾਂ ਨੇ ਮਜ਼ਬੂਤ ਕੰਧ ਉਸਾਰ ਲਈ। ਜਦ ਸਵੇਰ ਹੋਈ ਤੇ ਟਿੱਕੀ ਚੜ੍ਹੀ ਤੇ ਜਾਟਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਕਿਲੇ ਦੇ ਵਿਹੜੇ ਵੱਲ ਮੂੰਹ ਕਰਕੇ ਰੌਲਾ ਪਾਇਆ। ਪਰ ਜਦ ਨੂੰ ਉਹ ਕੁਝ ਬੋਲਦੇ ਤਦ ਨੂੰ ਅਫਗਾਨ ਤੋਪਾਂ ਦੇ ਪਹਿਲੇ ਗੋਲੇ ਉਹਨਾਂ ਆਪਣੇ ਸਿਰਾਂ ਤੋਂ ਲੰਘਦੇ ਹੋਏ ਦੇਖੇ। ਗੋਲੇ ਕਿਲੇ ਦੇ ਵਿਹੜੇ ਵਿੱਚ ਡਿੱਗੇ ਤੇ ਬਹੁਤ ਭਿਆਨਕ ਧਮਾਕਾ ਹੋਇਆ। ਏਡੇ ਵੱਡੇ ਧਮਾਕੇ ਨਾਲ ਜਾਟਾਂ ਦੇ ਹੋਸ਼ ਉੱਡ ਗਏ ਤੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਰ ਹੋਇਆ ਕੀ, ਸੁੱਤੇ ਪਏ ਰਾਏ ਮੱਲ ਨੂੰ ਜਦ ਸੈਨਾਪਤੀ ਨੇ ਜਗਾਇਆ ਤਾਂ ਉਹ ਬੋਲਿਆ, ਪਤਾ ਨਹੀਂ ਹਜ਼ੂਰ, ਅਚੰਬਾ ਹੋ ਗਿਆ ਹੈ। ਕੱਲ੍ਹ ਤਾਂ ਉੱਥੇ ਕੁਝ ਨਹੀਂ ਸੀ, ਰਾਤ ਮੈਂ ਆਪ ਗੇੜਾ ਮਾਰ ਕੇ ਆਇਆ ਸਾਂ। ਇਹ ਤਾਂ ਕੋਈ ਛਲਾਵਾ ਹੈ ਹਜ਼ੂਰ,
ਕੀ ਬਕਵਾਸ ਕਰ ਰਿਹਾ ਹੈ, ਸਾਫ ਸਾਫ ਕਿਉਂ ਨਹੀਂ ਦੱਸਦਾ ਕੁਝ? ਪਤਾ ਨਹੀਂ ਜੀ, ਸੰਜੀਵਨੀ ਬੂਟੀ ਵਾਲੇ ਪਹਾੜ ਵਾਂਗ ਕਿਲੇ ਦੀ ਮਗਰਲੀ ਬਾਹੀ ਰਾਤੋ ਰਾਤ ਕੋਈ ਉੱਚੀ ਤੇ ਚੌੜੀ ਕੰਧ ਰੱਖ ਗਿਆ ਹੈ ਤੇ ਜੇ ਅਫਗਾਨਾਂ ਨੇ ਕਿਲੇ ਤੇ ਹਮਲਾ ਕਰ ਦਿੱਤਾ ਹੈ। ਸੁਣਦਿਆਂ ਹੀ ਰਾਏ ਮੱਲ ਦੀ ਸੁੱਧ ਬੁੱਧ ਜਵਾਬ ਦੇ ਗਈ। ਇੰਨੇ ਚਿਰ ਨੂੰ ਕੁਝ ਹੋਰ ਗੋਲੇ ਕਿਲੇ ਦੇ ਅੰਦਰ ਡਿੱਗੇ ਤੇ ਧਮਾਕਾ ਸੁਣ ਕੇ ਰਾਏ ਮੱਲ ਦੀ ਰੂਹ ਕੰਬ ਗਈ। ਜਦ ਉਸਨੇ ਬਾਹਰ ਆ ਕੇ ਦੇਖਿਆ ਤਾਂ ਵਿਹੜੇ ਵਿੱਚ ਧੂੰਏ ਦਾ ਇੱਕ ਪਹਾੜ ਬਣਿਆ ਪਿਆ ਸੀ। ਸਾਰਾ ਕਿਲਾ ਧੂੰਆਂ ਧਾਰ ਹੋ ਚੁੱਕਾ ਸੀ। ਅਬਦਾਲੀ ਨੇ ਤੀਰਾਂ ਤੇ ਬੰਦੂਕਾਂ ਵਾਲੇ ਨਿਸ਼ਾਨਚੀ ਵੀ ਕੰਧ ਉੱਤੇ ਚੜ੍ਹਾ ਲਏ। ਉਹਨਾਂ ਤੀਰਾਂ ਤੇ ਗੋਲੀਆਂ ਦਾ ਮੀਂਹ ਵਰਸਾ ਦਿੱਤਾ ਤੇ ਜਾਟਾਂ ਦੇ ਸੀਨੇ ਵਿੰਨੇ ਜਾਣ ਲੱਗੇ। ਕੁਝ ਚਿਰ ਮਗਰੋਂ ਸ਼ਾਹ ਨੂੰ ਕਿਲੇ ਵਿੱਚ ਜਾਟਾਂ ਦਾ ਗੋਲਾ ਬਾਰੂਦ ਜਮ੍ਹਾਂ ਕੀਤੀ ਹੋਈ ਥਾਂ ਦਾ ਪਤਾ ਲੱਗ ਗਿਆ। ਉਸਨੇ ਆਪਣੇ ਤੀਰ ਅੰਦਾਜ਼ਾਂ ਤੋਂ ਉਸ ਪਾਸੇ ਨੂੰ ਅਗਣ ਬਾਣ ਚਲਵਾਏ। ਵੇਖਦੇ ਹੀ ਵੇਖਦੇ ਜਾਟਾਂ ਦੇ ਗੋਲੇ ਬਾਰੂਦ ਦੇ ਢੇਰ ਨੂੰ ਅੱਗ ਲੱਗ ਗਈ ਤੇ ਆਪਣਾ ਜੰਗੀ ਸਮਾਨ ਹੀ ਉਹਨਾਂ ਲਈ ਹੋਰ ਵੱਡੀ ਮੁਸੀਬਤ ਬਣ ਗਿਆ। ਅਗਨੀ ਦੇ ਬਾਣ ਨਾਲ ਹੀ ਅਫਗਾਨ ਤੀਰ ਅੰਦਾਜ਼ ਜ਼ਹਿਰੀਲੇ ਤੀਰ ਵੀ ਚਲਾਉਣ ਲੱਗੇ। ਜ਼ਹਿਰ ਦੀਆਂ ਥੈਲੀਆਂ ਤੀਰਾਂ ਨਾਲ ਬੰਨ੍ਹ ਕੇ ਕਿਲੇ ਵੱਲ ਛੱਡੀਆਂ ਗਈਆਂ। ਅੱਗ ਨਾਲ ਸੜ ਕੇ ਉਹ ਜ਼ਹਿਰ ਧੂੰਏ ਵਿੱਚ ਰਲ ਗਿਆ ਤੇ ਜ਼ਹਿਰੀਲੇ ਧੂੰਏ ਨੇ ਅੰਦਰ ਇੱਕ ਪਲ ਰੁਕਣਾ ਵੀ ਔਖਾ ਕਰ ਦਿੱਤਾ। ਜੇ ਕੋਈ ਵੀ ਕਿਲੇ ਤੋਂ ਬਾਹਰ ਨਿਕਲਣਾ ਚਾਹੁੰਦਾ ਹੈ ਉਹ ਕਿਲੇ ਦੀ ਚੌਥੀ ਬਾਹੀ ਵੱਲ ਆ ਜਾਵੇ, ਉਧਰੋਂ ਬਾਹਰ ਨਿਕਲਣ ਵਾਲੇ ਦੀ ਜਾਨ ਬਖਸ਼ ਦਿੱਤੀ ਜਾਵੇਗੀ। ਅਬਦਾਲੀ ਨੇ ਇਹ ਹੋਕਾ ਚਾਰੇ ਪਾਸੇ ਦਵਾ ਦਿੱਤਾ ਤੇ ਚੌਥੀ ਬਾਹੀ ਤੋਂ ਸਾਰੇ ਮੋਰਚੇ ਵੀ ਚੁਕਵਾ ਦਿੱਤੇ। ਜੋ ਵੀ ਕਿਲੇ ਵਿੱਚੋਂ ਹਥਿਆਰ ਸੁੱਟ ਕੇ ਭੱਜ ਜਾਣ ਲੱਗਾ ਉਸ ਨੂੰ ਸੱਚਮੁੱਚ ਕੁਝ ਨਾ ਆਖਿਆ ਗਿਆ। ਅੱਗ ਨਾਲ ਝੁਲਸੇ ਸਰੀਰਾਂ, ਜ਼ਹਿਰ ਨਾਲ ਕੁਰਲਾਉਂਦੇ ਸਿਪਾਹੀਆਂ ਨੂੰ ਤੱਕ ਕੇ ਬਾਕੀ ਸਭ ਬਚੇ ਹੋਏ ਬਾਹਰ ਨੂੰ ਭੱਜੇ। ਲੜਨਾ ਤਾਂ ਸਭ ਜਾਟਾਂ ਨੂੰ ਕੱਦ ਦਾ ਭੁੱਲ ਗਿਆ ਸੀ, ਹੁਣ ਤਾਂ ਬਸ ਕਿਸੇ ਵੀ ਤਰ੍ਹਾਂ ਜਾਨ ਬਚਾਉਣ ਲਈ ਜੱਦੋ ਜਹਿਦ ਕਰ ਰਹੇ ਸਨ। ਇਹੀ ਸਨ ਤੇਰੇ 12 ਸਾਲ ਅੰਦਰ ਟਿਕੇ ਰਹਿਣ ਵਾਲੇ? 8 ਦਿਨ ਦੀ ਮਾਰ ਨਹੀਂ ਸਹਿ ਸਕੇ? ਮਾਰ ਤਾਂ ਸਗੋਂ ਕੁਝ ਘੰਟਿਆਂ ਦੀ ਹੀ ਸੀ, 8 ਦਿਨਾਂ ਦਾ ਤਾਂ ਘੇਰਾ ਨਹੀਂ ਸਹਿ ਸਕੇ। ਮੁਸਕਰਾਉਂਦਾ ਹੋਇਆ ਅਬਦਾਲੀ ਨਜ਼ੀਬ ਖਾਂ ਵੱਲ ਦੇਖ ਕੇ ਬੋਲਿਆ। ਨਜ਼ੀਬ ਹੁਣ ਚੁੱਪ ਰਿਹਾ। ਸੂਰਜ ਢਲ ਗਿਆ ਤੇ ਰਾਤ ਪੈਣ ਲੱਗੀ। ਅਬਦਾਲੀ ਨੇ ਹਮਲਾ ਬੰਦ ਕਰਵਾ ਦਿੱਤਾ। ਕਿਲੇ ਵਿੱਚੋਂ ਜਾਟ ਹਜੇ ਵੀ ਭੱਜ ਰਹੇ ਸਨ। ਇਹਨਾਂ ਦੇ ਵਿੱਚ ਹੀ ਭੇਸ ਵਟਾ ਕੇ ਰਾਏ ਮੱਲ ਵੀ ਨਿਕਲ ਗਿਆ। ਉਹਨਾਂ ਸਭ ਨੇ ਜਮਨਾ ਤੇ ਜਾ ਕੇ ਸਾਹ ਲਿਆ। ਰਾਏ ਮੱਲ ਨੇ ਆਪਣੇ ਭਾਣਜੇ ਜਵਾਹਰ ਮੱਲ ਨੂੰ ਸਹਾਇਤਾ ਲਈ ਸੁਨੇਹਾ ਭੇਜਿਆ ਤਾਂ ਅੱਗੋਂ ਜਵਾਹਰ ਮੱਲ ਦਾ ਜਵਾਬ ਆਇਆ। ਭਗੌੜਿਆਂ ਲਈ ਭਰਤਪੁਰ ਵਿੱਚ ਕੋਈ ਥਾਂ ਨਹੀਂ। ਜੇ ਤੁਸੀਂ ਕਿਲੇ ਵਿੱਚ ਜੂਝਦੇ ਹੋਏ ਸਾਨੂੰ ਸੁਨੇਹਾ ਲਾਉਂਦੇ ਤਾਂ ਕਿਲੇ ਤੋਂ ਬਾਹਰ ਅਫਗਾਨਾਂ ਨਾਲ ਲੋਹਾ ਲੈਂਦਿਆਂ ਸਹਾਇਤਾ ਲਈ ਸੱਦਦੇ ਤਾਂ ਅਸੀਂ ਝੱਟ ਦੌੜੇ ਆਉਂਦੇ। ਪਰ ਤੁਸੀਂ ਤਾਂ ਗੀਦੀਆਂ ਵਾਂਗ ਪਿੱਠ ਦਗਾ ਕੇ ਭੱਜੇ ਹੋ। ਸਾਡੇ ਤੋਂ ਸਹਾਇਤਾ ਦੀ ਕੋਈ ਆਸ ਨਾ ਰੱਖਿਓ ਤੇ ਜੇ ਹੋ ਸਕੇ ਤਾਂ ਸਾਰੀ ਉਮਰ ਮੇਰੇ ਮੱਥੇ ਵੀ ਨਾ ਲੱਗਿਓ। ਆਪਣੇ ਭਾਣਜੇ ਜਵਾਹਰ ਮੱਲ ਦਾ ਇਹ ਸੁਨੇਹਾ ਮਿਲਦਿਆਂ ਹੀ ਸ਼ਰਮ ਦੇ ਮਾਰੇ ਰਾਏ ਮੱਲ ਨੇ ਜਮਨਾ ਵਿੱਚ ਛਾਲ ਮਾਰ ਦਿੱਤੀ। ਤੈਨੂੰ ਕਿਹਾ ਸੀ ਨਾ ਨਜ਼ੀਬ ਖਾਂ, ਦੇਖ ਲੈ 8 ਦਿਨ ਪੂਰੇ ਹੋਣ ਵਿੱਚ ਅਜੇ ਇੱਕ ਪਹਿਰ ਬਚਿਆ ਹੈ। ਕਿਲਿਆਂ ਦੀ ਮਜ਼ਬੂਤੀ ਆਸਰੇ ਹੀ ਲੜਿਆ ਜਾਂਦਾ ਹੋਵੇ ਤਾਂ ਸਭ ਰਾਜੇ ਮਜ਼ਬੂਤ ਗੜ੍ਹ ਉਸਾਰ ਕੇ ਬੈਠ ਜਾਣ। ਇਰਾਦਿਆਂ ਦੀ ਮਜ਼ਬੂਤੀ ਹੀ ਫਤਿਹ ਦਿਵਾਉਂਦੀ ਹੈ, ਫਿਰ ਭਾਵੇਂ ਕੋਈ ਕਿਲੇ ਵਿੱਚ ਹੋਵੇ ਜਾਂ ਮੈਦਾਨ ਵਿੱਚ। ਸੱਚ ਕਿਹਾ ਬਾਦਸ਼ਾਹ ਸਲਾਮਤ, ਤਾਂ ਹੀ ਤਾਂ ਤੁਸੀਂ ਦੁਰੇ ਦੁਰਾਨੀ ਸਦਵਾਉਂਦੇ ਹੋ। ਮੈਂ ਤੁਹਾਡੀ ਸਮਰੱਥਾ 'ਤੇ ਸ਼ੱਕ ਕੀਤਾ, ਇਸ ਲਈ ਮਾਫ਼ੀ ਚਾਹੁੰਦਾ ਹਾਂ। ਹੁਣ ਨਜ਼ੀਬ ਖਾਂ ਦੇ ਚਿਹਰੇ 'ਤੇ ਵੀ ਰੌਣਕ ਪਰਤ ਆਈ ਸੀ ਅਤੇ ਉਹ ਅੱਧੀ ਰਾਤ ਦੇ ਹਨੇਰੇ ਵਿੱਚ ਵੀ ਦੇਖੀ ਜਾ ਸਕਦੀ ਸੀ। ਸਿਰਫ 8 ਦਿਨਾਂ ਵਿੱਚ ਅਲੀਗੜ੍ਹ ਦੇ ਮਜ਼ਬੂਤ ਕਿਲੇ ਦੇ ਅਬਦਾਲੀ ਦੁਆਰਾ ਮਾਰੇ ਜਾਣ ਦੀ ਖ਼ਬਰ ਸਭ ਪਾਸੇ ਜੰਗਲ ਦੀ ਅੱਗ ਵਾਂਗ ਫੈਲ ਗਈ। ਆਗਰੇ ਵਾਲੇ ਤਾਂ ਅਬਦਾਲੀ ਦੇ ਆਉਣ ਤੋਂ ਪਹਿਲਾਂ ਹੀ ਕਿਲ੍ਹਾ ਛੱਡ ਕੇ ਹਰਨ ਹੋ ਗਏ। ਗੱਲ ਦੂਰ ਦੱਖਣ ਪੂਨੇ ਤੱਕ ਪਹੁੰਚ ਗਈ ਤੇ ਮਰਹੱਟਿਆਂ ਨੂੰ ਆਪਣਾ ਸਿੰਘਾਸਨ ਡੋਲਦਾ ਜਾਪਿਆ। ਹੁਣ ਚੁੱਪ ਬੈਠਿਆਂ ਨਹੀਂ ਸਰਨਾ ਪੇਸ਼ਵਾ ਬਾਊ, ਸਾਨੂੰ ਦਿੱਲੀ ਕੂਚ ਕਰਨ ਦੀ ਤਿਆਰੀ ਕਰਨੀ ਹੀ ਪਵੇਗੀ, ਨਹੀਂ ਤਾਂ ਕੋਇਲਗੜ੍ਹ ਕੀ? ਸ਼ਨੀਵਾਰ ਵਾੜਾ ਵੀ ਅਬਦਾਲੀ ਲਈ ਬਹੁਤੀ ਦੂਰ ਨਹੀਂ। ਜੇ ਉਸ ਨੂੰ ਨਾ ਰੋਕਿਆ ਗਿਆ ਤਾਂ ਉਹ ਅੱਗੇ ਵੱਧਦਾ ਹੀ ਰਹੇਗਾ। ਦਿੱਲੀ ਨੇ ਜਿਸ ਤਰ੍ਹਾਂ ਉਸ ਅੱਗੇ ਗੋਡੇ ਟੇਕੇ ਹਨ, ਦੱਖਣ ਪਹੁੰਚਣਾ ਵੀ ਉਸ ਲਈ ਕੋਈ ਜ਼ਿਆਦਾ ਔਖੀ ਗੱਲ ਨਹੀਂ ਹੋਵੇਗੀ। ਸਦਾਸ਼ਿਵ ਰਾਓ ਨੇ ਪੇਸ਼ਵਾ ਨੂੰ ਚੇਤਾਵਨੀ ਦਿੰਦਿਆਂ ਹੋਇਆ ਕਿਹਾ। ਸਦਾਸ਼ਿਵ ਦੇ ਇਹ ਬੋਲ ਸੁਣਦਿਆਂ ਹੀ ਲਹੂ ਦਾ ਧਿਆਇਆ ਪਾਣੀਪਤ ਮਰਾਠਿਆਂ ਤੇ ਅਫਗਾਨਾਂ ਨੂੰ ਬੇਸਬਰੀ ਨਾਲ ਉਡੀਕਣ ਲੱਗਾ। ਉੱਧਰ ਅਫਗਾਨ ਹਿੰਦੁਸਤਾਨ ਨੂੰ ਕੁੱਟਦੇ ਮਿੱਧਦੇ ਹੋਏ ਅੱਗੇ ਵੱਧਦੇ ਜਾ ਰਹੇ ਸਨ, ਹੁਣ ਉਹਨਾਂ ਰੁੱਖ ਬਿਦਰਾਵਨ ਵੱਲ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।